ਰਾਣੀ ਚੌਂਕ ਦੇ ਵਿੱਚੋਂ ਨੌਵੇਂ ਗੁਰਾਂ ਦੇ ਸੀਸ ਨੂੰ ਚੰਦਨੀ ਚੌਂਕ ਦੇ ਵਿੱਚੋਂ ਨੌਵੇਂ ਗੁਰਾਂ ਦੇ ਸੀਸ ਨੂੰ ਪਾਈ ਜੈਤਾ ਜੀ ਜਦ ਲੈ ਅਨੰਦਪੁਰ ਆਇਆ ਪਾਈ ਜੈਤਾ ਜੀ ਜਦ ਲੈ ਅਨੰਦਪੁਰ ਆਇਆ ਰੰਗ ਰੇਟੇ ਗੁਰਾਂ ਦੇ ਬੇਟੇ ਕਹਿ ਕੇ ਉਸ ਨੂੰ ਰੰਗ ਰੇਟੇ ਗੁਰਾਂ ਦੇ ਬੇਟੇ ਕਹਿ ਕੇ ਉਸ ਨੂੰ ਬਾਜਾਂ ਵਾਲੇ ਨੇ ਸੀ ਸੀਨੇ ਨਾਲ ਲਗਾਇਆ ਬਾਜਾਂ ਵਾਲੇ ਨੇ ਸੀ ਸੀਨੇ ਨਾਲ ਲਗਾਇਆ ਦੇ ਵਿੱਚ ਪੁੱਛਿਆ ਪਾਈ ਜੈਤੇ ਨੂੰ ਹਾਲ ਸੁਣਾਵੀ ਸਾਰਾ ਕਿਵੇਂ ਸਿਦਕ ਨਵਾਇਆ ਹਾਲ ਸੁਣਾਵੀ ਸਾਰਾ ਕਿਵੇਂ ਸਿਦਕ ਨਵਾਇਆ ਪਾਈ ਜੈਤਾ ਜੀ ਨੇ ਰੋ ਕੇ ਹੰਝੂ ਖੂਨ ਦੇ ਪਾਈ ਜੈਤਾ ਜੀ ਨੇ ਰੋ ਕੇ ਹੰਝੂ ਖੂਨ ਦੇ ਬਹਿ ਕੇ ਸੀ ਸਾਰਾ ਹਾਲ ਸੁਣਾਇਆ ਬਹਿ ਕੇ ਦਿੱਲੀ ਦਾ ਸੀ ਸਾਰਾ ਹਾਲ ਸੁਣਾਇਆ ਨੂੰ ਆਰੇ ਦੇ ਨਾਲ ਚੀਰ ਕੇ ਉਹਦਾ ਧਨ ਸੀ ਨੌਵੇਂ ਗੁਰਾਂ ਦੇ ਕੋਲ ਰਖਾਇਆ ਉਹਦਾ ਧਨ ਸੀ ਨੌਵੇਂ ਗੁਰਾਂ ਦੇ ਕੋਲ ਰਖਾਇਆ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਉਹਦਾ ਧਨ ਸੀ ਜਾਲਮ ਅਗਨੀ ਪੇਟ ਕਰਾਇਆ ਉਹਦਾ ਧਨ ਸੀ ਜਾਲਮ ਅਗਨੀ ਪੇਟ ਕਰਾਇਆ ਦਸੀਏ ਮੌਤ ਦੀ ਚੋਲੀ ਪਾਇਆ ਦੇਖੇ ਲੱਖ ਦਸੀਏ ਮੌਤ ਦੀ ਚੋਲੀ ਪਾਇਆ ਭਾਈ ਗੁਰੂ ਦਿੱਤਾ ਜੀ ਨੇ ਅੱਖੀ ਸਭ ਕੁਝ ਵੇਖਿਆ ਭਾਈ ਗੁਰੂ ਦਿੱਤਾ ਜੀ ਨੇ ਅੱਖੀ ਸਭ ਕੁਝ ਵੇਖਿਆ ਐਦਾਂ ਖੈਰ ਖੁਦਾ ਦਾ ਸਿੰਘਾਂ ਦੇ ਸੀ ਟਾਇਆ ਐਦਾਂ ਖੈਰ ਖੁਦਾ ਦਾ ਸਿੰਘਾਂ ਤੇ ਸੀ ਟਾਇਆ ਵਾਰੀ ਆ ਗਈ ਸਤਿਗੁਰਾਂ ਦੀ ਪੜਦੀਆਂ ਬਾਣੀ ਬੈਠੇ ਵਾਰੀ ਆ ਗਈ ਸਤਿਗੁਰਾਂ ਦੀ ਉਹਨਾਂ ਹੱਸ ਹੱਸ ਲੇਖੇ ਸਿਸ ਧਰਮ ਦੇ ਲਾਇਆ ਤੜੋ ਵੱਖ ਹੋ ਗਿਆ
ਸੀਸ ਸੱਚੇ ਸਤਿਗੁਰਾਂ ਦਾ ਤੜੋ ਵੱਖ ਹੋ ਗਿਆ ਸੀਸ ਸੱਚੇ ਸਤਿਗੁਰਾਂ ਦਾ ਜੈ ਤਾਂ ਹਿੰਮਤ ਦੇ ਨਾਲ ਸੀਸ ਚੁੱਕ ਲਿਆਇਆ ਜੈ ਤਾਂ ਹਿੰਮਤ ਦੇ ਨਾਲ ਸੀਸ ਚੁੱਕ ਲਿਆਇਆ ਜੈ ਤਾਂ ਹਿੰਮਤ ਦੇ ਨਾਲ ਸੀਸ ਚੁੱਕ ਲਿਆਇਆ।